ਰੀਲ ਬਣਾਉਂਦੇ ਹੋਏ ਝਰਨੇ ਦੇ ਵਿੱਚ ਰੁੜਨ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਦੋ ਨੌਜਵਾਨ ਝਰਨੇ ਦੇ ਵਿੱਚ ਖੜ ਕੇ ਜਦੋਂ ਰੀਲ ਬਣਾ ਰਹੇ ਸੀ ਤਾਂ ਅਚਾਨਕ ਹੀ ਝਰਨੇ ਦਾ ਪਾਣੀ ਕਾਫੀ ਜ਼ਿਆਦਾ ਤੇਜ਼ ਹੋ ਗਿਆ, ਜਿਸ ਤੋਂ ਬਾਅਦ ਦੋਵੇਂ ਹੀ ਨੌਜਵਾਨ ਪਹਿਲਾਂ ਤਾਂ 150 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗੇ ਅਤੇ ਜਦੋਂ ਹੇਠਾਂ ਡਿੱਗੇ ਪਾਣੀ ਦੇ ਵਿੱਚ ਰੁੜਨ ਲੱਗੇ ਤਾਂ ਝਰਨੇ ਦੇ ਵਿੱਚ ਇੱਕ ਥਾਂ ਦੇ ਉੱਤੇ ਬੈਰੀਕੇਡਿੰਗ ਕਰ ਰੱਖੀ ਸੀ ਰੱਸੀਆਂ ਦੇ ਨਾਲ, ਅਤੇ ਉਸ ਬੈਰੀਕੇਡਿੰਗ ਨੂੰ ਫੜ ਕੇ ਪਹਿਲਾਂ ਤਾਂ ਦੋਵੇਂ ਹੀ ਨੌਜਵਾਨ ਲਟਕ ਜਾਂਦੇ ਨੇ। ਮੌਕੇ ਦੇ ਉੱਤੇ ਜੋ ਸੈਲਾਨੀ ਹੁੰਦੇ ਨੇ ਉਹਨਾਂ ਦੇ ਵੱਲੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਇੱਕ ਨੌਜਵਾਨ ਨੂੰ ਤਾਂ ਬਚਾ ਲਿਆ ਜਾਂਦਾ ਹੈ ਪਰ ਦੂਸਰਾ ਨੌਜਵਾਨ ਪਾਣੀ ਦੇ ਵਿੱਚ ਹੀ ਰੁੜ ਜਾਂਦਾ, ਜਿਸ ਦੇ ਕਾਰਨ ਉਸਦੀ ਮੌਤ ਹੋ ਜਾਂਦੀ ਹੈ। ਤਾਂ ਦੱਸ ਦਈਏ ਕਿ ਦੋਵੇਂ ਹੀ ਦੋਸਤ ਇਕੱਠੇ ਹੋ ਕੇ ਝਰਨੇ ਦੇ ਵਿੱਚ ਨਹਾਉਣ ਦੇ ਲਈ ਗਏ ਸੀ, ਪਰ ਜਦੋਂ ਝਰਨੇ ਦੇ ਵਿੱਚ ਖੜ ਕੇ ਉਹ ਰੀਲ ਬਣਾਉਣ ਲੱਗੇ ਤਾਂ ਪਾਣੀ ਕਾਫੀ ਜ਼ਿਆਦਾ ਤੇਜ਼ ਹੋ ਗਿਆ, ਜਿਸ ਤੋਂ ਬਾਅਦ ਉਹ 150 ਫੁੱਟ ਦੀ ਉਚਾਈ ਤੋਂ ਪਹਿਲਾਂ ਤਾਂ ਜ਼ਮੀਨ ਦੇ ਉੱਤੇ ਡਿੱਗਦੇ ਨੇ। ਪਾਣੀ ਤੇਜ਼ ਹੁੰਦਾ ਅਤੇ ਉਸਦੇ ਵਿੱਚ ਰੁੜਨ ਲੱਗਦੇ ਨੇ। ਇੱਕ ਥਾਂ ਦੇ ਉੱਤੇ ਬੈਰੀਕੇਡਿੰਗ ਕੀਤੀ ਹੁੰਦੀ ਹੈ ਅਤੇ ਉਸਨੂੰ ਫੜ ਲੈਂਦੇ ਨੇ, ਹਾਲਾਂਕਿ ਇੱਕ ਨੌਜਵਾਨ ਉਸਦੇ ਵਿੱਚੋਂ ਕਿਹਾ ਜਾ ਰਿਹਾ ਕਿ ਰੁੜ ਗਿਆ ਅਤੇ ਉਸਦੀ ਮੌਤ ਹੋ ਗਈ ਹੈ। ਤਾਂ ਰਾਜਸਥਾਨ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ, ਜਿੱਥੇ ਕਿ ਸੋਸ਼ਲ ਮੀਡੀਆ ਦੇ ਉੱਤੇ ਮਸ਼ਹੂਰ ਹੋਣ ਦੇ ਲਈ ਰੀਲ ਬਣਾ ਰਹੇ ਸੀ ਅਤੇ ਰੀਲ ਬਣਾਉਂਦੇ ਸਮੇਂ ਇਹ ਹਾਦਸਾ ਵਾਪਰਿਆ। ਰੀਲ ਬਣਾਉਂਦੇ ਹੋਏ ਝਰਨੇ ਦੇ ਵਿੱਚ ਰੁੜਨ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਦੋ ਨੌਜਵਾਨ ਝਰਨੇ ਦੇ ਵਿੱਚ ਖੜ ਕੇ ਜਦੋਂ ਰੀਲ ਬਣਾ ਰਹੇ ਸੀ ਤਾਂ ਅਚਾਨਕ ਹੀ ਝਰਨੇ ਦਾ ਪਾਣੀ ਕਾਫੀ ਜ਼ਿਆਦਾ ਤੇਜ਼ ਹੋ ਗਿਆ, ਜਿਸ ਤੋਂ ਬਾਅਦ ਦੋਵੇਂ ਹੀ ਨੌਜਵਾਨ ਪਹਿਲਾਂ ਤਾਂ 150 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗੇ ਅਤੇ ਜਦੋਂ ਹੇਠਾਂ ਡਿੱਗੇ ਪਾਣੀ ਦੇ ਵਿੱਚ ਰੁੜਨ ਲੱਗੇ ਤਾਂ ਝਰਨੇ ਦੇ ਵਿੱਚ ਇੱਕ ਥਾਂ ਦੇ ਉੱਤੇ ਬੈਰੀਕੇਡਿੰਗ ਕਰ ਰੱਖੀ ਸੀ ਰੱਸੀਆਂ ਦੇ ਨਾਲ, ਅਤੇ ਉਸ ਬੈਰੀਕੇਡਿੰਗ ਨੂੰ ਫੜ ਕੇ ਪਹਿਲਾਂ ਤਾਂ ਦੋਵੇਂ ਹੀ ਨੌਜਵਾਨ ਲਟਕ ਜਾਂਦੇ ਨੇ। ਮੌਕੇ ਦੇ ਉੱਤੇ ਜੋ ਸੈਲਾਨੀ ਹੁੰਦੇ ਨੇ ਉਹਨਾਂ ਦੇ ਵੱਲੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਇੱਕ ਨੌਜਵਾਨ ਨੂੰ ਤਾਂ ਬਚਾ ਲਿਆ ਜਾਂਦਾ ਹੈ ਪਰ ਦੂਸਰਾ ਨੌਜਵਾਨ ਪਾਣੀ ਦੇ ਵਿੱਚ ਹੀ ਰੁੜ ਜਾਂਦਾ, ਜਿਸ ਦੇ ਕਾਰਨ ਉਸਦੀ ਮੌਤ ਹੋ ਜਾਂਦੀ ਹੈ। ਤਾਂ ਦੱਸ ਦਈਏ ਕਿ ਦੋਵੇਂ ਹੀ ਦੋਸਤ ਇਕੱਠੇ ਹੋ ਕੇ ਝਰਨੇ ਦੇ ਵਿੱਚ ਨਹਾਉਣ ਦੇ ਲਈ ਗਏ ਸੀ, ਪਰ ਜਦੋਂ ਝਰਨੇ ਦੇ ਵਿੱਚ ਖੜ ਕੇ ਉਹ ਰੀਲ ਬਣਾਉਣ ਲੱਗੇ ਤਾਂ ਪਾਣੀ ਕਾਫੀ ਜ਼ਿਆਦਾ ਤੇਜ਼ ਹੋ ਗਿਆ, ਜਿਸ ਤੋਂ ਬਾਅਦ ਉਹ 150 ਫੁੱਟ ਦੀ ਉਚਾਈ ਤੋਂ ਪਹਿਲਾਂ ਤਾਂ ਜ਼ਮੀਨ ਦੇ ਉੱਤੇ ਡਿੱਗਦੇ ਨੇ। ਪਾਣੀ ਤੇਜ਼ ਹੁੰਦਾ ਅਤੇ ਉਸਦੇ ਵਿੱਚ ਰੁੜਨ ਲੱਗਦੇ ਨੇ। ਇੱਕ ਥਾਂ ਦੇ ਉੱਤੇ ਬੈਰੀਕੇਡਿੰਗ ਕੀਤੀ ਹੁੰਦੀ ਹੈ ਅਤੇ ਉਸਨੂੰ ਫੜ ਲੈਂਦੇ ਨੇ, ਹਾਲਾਂਕਿ ਇੱਕ ਨੌਜਵਾਨ ਉਸਦੇ ਵਿੱਚੋਂ ਕਿਹਾ ਜਾ ਰਿਹਾ ਕਿ ਰੁੜ ਗਿਆ ਅਤੇ ਉਸਦੀ ਮੌਤ ਹੋ ਗਈ ਹੈ। ਤਾਂ ਰਾਜਸਥਾਨ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ, ਜਿੱਥੇ ਕਿ ਸੋਸ਼ਲ ਮੀਡੀਆ ਦੇ ਉੱਤੇ ਮਸ਼ਹੂਰ ਹੋਣ ਦੇ ਲਈ ਰੀਲ ਬਣਾ ਰਹੇ ਸੀ ਅਤੇ ਰੀਲ ਬਣਾਉਂਦੇ ਸਮੇਂ ਇਹ ਹਾਦਸਾ ਵਾਪਰਿਆ। ਰੀਲ ਬਣਾਉਂਦੇ ਹੋਏ ਝਰਨੇ ਦੇ ਵਿੱਚ ਰੁੜਨ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਦੋ ਨੌਜਵਾਨ ਝਰਨੇ ਦੇ ਵਿੱਚ ਖੜ ਕੇ ਜਦੋਂ ਰੀਲ ਬਣਾ ਰਹੇ ਸੀ ਤਾਂ ਅਚਾਨਕ ਹੀ ਝਰਨੇ ਦਾ ਪਾਣੀ ਕਾਫੀ ਜ਼ਿਆਦਾ ਤੇਜ਼ ਹੋ ਗਿਆ, ਜਿਸ ਤੋਂ ਬਾਅਦ ਦੋਵੇਂ ਹੀ ਨੌਜਵਾਨ ਪਹਿਲਾਂ ਤਾਂ 150 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗੇ ਅਤੇ ਜਦੋਂ ਹੇਠਾਂ ਡਿੱਗੇ ਪਾਣੀ ਦੇ ਵਿੱਚ ਰੁੜਨ ਲੱਗੇ ਤਾਂ ਝਰਨੇ ਦੇ ਵਿੱਚ ਇੱਕ ਥਾਂ ਦੇ ਉੱਤੇ ਬੈਰੀਕੇਡਿੰਗ ਕਰ ਰੱਖੀ ਸੀ ਰੱਸੀਆਂ ਦੇ ਨਾਲ, ਅਤੇ ਉਸ ਬੈਰੀਕੇਡਿੰਗ ਨੂੰ ਫੜ ਕੇ ਪਹਿਲਾਂ ਤਾਂ ਦੋਵੇਂ ਹੀ ਨੌਜਵਾਨ ਲਟਕ ਜਾਂਦੇ ਨੇ। ਮੌਕੇ ਦੇ ਉੱਤੇ ਜੋ ਸੈਲਾਨੀ ਹੁੰਦੇ ਨੇ ਉਹਨਾਂ ਦੇ ਵੱਲੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਇੱਕ ਨੌਜਵਾਨ ਨੂੰ ਤਾਂ ਬਚਾ ਲਿਆ ਜਾਂਦਾ ਹੈ ਪਰ ਦੂਸਰਾ ਨੌਜਵਾਨ ਪਾਣੀ ਦੇ ਵਿੱਚ ਹੀ ਰੁੜ ਜਾਂਦਾ, ਜਿਸ ਦੇ ਕਾਰਨ ਉਸਦੀ ਮੌਤ ਹੋ ਜਾਂਦੀ ਹੈ। ਤਾਂ ਦੱਸ ਦਈਏ ਕਿ ਦੋਵੇਂ ਹੀ ਦੋਸਤ ਇਕੱਠੇ ਹੋ ਕੇ ਝਰਨੇ ਦੇ ਵਿੱਚ ਨਹਾਉਣ ਦੇ ਲਈ ਗਏ ਸੀ, ਪਰ ਜਦੋਂ ਝਰਨੇ ਦੇ ਵਿੱਚ ਖੜ ਕੇ ਉਹ ਰੀਲ ਬਣਾਉਣ ਲੱਗੇ ਤਾਂ ਪਾਣੀ ਕਾਫੀ ਜ਼ਿਆਦਾ ਤੇਜ਼ ਹੋ ਗਿਆ, ਜਿਸ ਤੋਂ ਬਾਅਦ ਉਹ 150 ਫੁੱਟ ਦੀ ਉਚਾਈ ਤੋਂ ਪਹਿਲਾਂ ਤਾਂ ਜ਼ਮੀਨ ਦੇ ਉੱਤੇ ਡਿੱਗਦੇ ਨੇ। ਪਾਣੀ ਤੇਜ਼ ਹੁੰਦਾ ਅਤੇ ਉਸਦੇ ਵਿੱਚ ਰੁੜਨ ਲੱਗਦੇ ਨੇ। ਇੱਕ ਥਾਂ ਦੇ ਉੱਤੇ ਬੈਰੀਕੇਡਿੰਗ ਕੀਤੀ ਹੁੰਦੀ ਹੈ ਅਤੇ ਉਸਨੂੰ ਫੜ ਲੈਂਦੇ ਨੇ, ਹਾਲਾਂਕਿ ਇੱਕ ਨੌਜਵਾਨ ਉਸਦੇ ਵਿੱਚੋਂ ਕਿਹਾ ਜਾ ਰਿਹਾ ਕਿ ਰੁੜ ਗਿਆ ਅਤੇ ਉਸਦੀ ਮੌਤ ਹੋ ਗਈ ਹੈ। ਤਾਂ ਰਾਜਸਥਾਨ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ, ਜਿੱਥੇ ਕਿ ਸੋਸ਼ਲ ਮੀਡੀਆ ਦੇ ਉੱਤੇ
ਮਸ਼ਹੂਰ ਹੋਣ ਦੇ ਲਈ ਰੀਲ ਬਣਾ ਰਹੇ ਸੀ ਤੇ ਰੀਲ ਬਣਾਉਂਦੇ ਸਮੇਂ ਇਹ ਹਾਦਸਾ ਵਾਪਰਿਆ।